ਇਸ ਵੀਡੀਓ ਨੂੰ ਦੇਖ ਰਹੇ ਸਾਰੇ ਪੰਜਾਬ ਵਾਸੀਆਂ ਨੂੰ ਮੇਰੇ ਸਾਰੇ ਸਤਿਕਾਰਯੋਗ ਸਾਥੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਡਾਕਟਰ ਜਤਿੰਦਰ ਸਿੰਘ ਮੱਟੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਜੈ ਸਵਿਧਾਨ ਦੋਸਤੋ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਗੱਲ ਕਰਨੀ ਚਾਹਨਾ ਭਾਰਤੀ ਜਨਤਾ ਪਾਰਟੀ ਭਾਜਪਾ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ ਦਲਿਤ ਇਨਸਾਫ ਯਾਤਰਾ ਦੀ ਮੈਂ ਪੁੱਛਣਾ ਚਾਹੁੰਨਾ ਸ਼੍ਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਤੁਸੀਂ ਕਿਸ ਦਲਿਤ ਇਨਸਾਫ ਯਾਤਰਾ ਦੀ ਗੱਲ ਕਰ ਰਹੇ ਹੋ ਇੱਕ ਪਾਸੇ ਤੁਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਤਿਲਾਂਜਲੀ ਦੇ ਦਿੱਤੀ ਖਤਮ ਕਰ ਦਿੱਤੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਿ ਇਹਨਾਂ ਦਲਿਤਾਂ ਦੇ ਬੱਚੇ ਇਹਨਾਂ ਨੂੰ ਸੂਚਿਤ ਜਾਤੀਆਂ ਦੇ ਬੱਚੇ ਪੜ੍ਹ ਲਿਖ ਕੇ ਵੱਡੇ ਮੁਕਾਮ ਤੇ ਨਾ ਪਹੁੰਚ ਜਾਣ ਅਫਸਰਸ਼ਾਹੀ ਚ ਨਾ ਆ ਜਾਣ ਇਹਨਾਂ ਨੂੰ ਅਕਲ ਨਾ ਆ ਜਾਏ ਇਹ ਆਪਣੇ ਸਮਾਜ ਦਾ ਆਪਣੇ ਦੇਸ਼ ਦਾ ਪ੍ਰਤਿਨਿਧਤਵ ਕਰਨ ਦੇ ਕਾਬਿਲ ਨਾ ਕਿਤੇ ਬਣ ਜਾਣ ਤੁਸੀਂ 60 40 ਦੀ ਰੇਸ਼ਿਓ ਤੋਂ ਲੈ ਕੇ 90, 90 10 ਤੇ ਲੈ ਕੇ ਆਏ ਕਿ 90% ਸਟੇਟ ਪਾਉ ਔਰ 10% ਜਿਹੜਾ ਹੈਗਾ ਸੈਂਟਰ ਗਵਰਨਮੈਂਟ ਪਾਉ ਔਰ ਹੁਣ ਜਾ ਕੇ ਤੁਸੀਂ ਇਹਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਹੈ ਔਰ ਇਹ ਸਾਰੀ ਜ਼ਿੰਮੇਵਾਰੀ ਸਟੇਟਾਂ ਤੇ ਫਿਕਸ ਕਰ ਦਿੱਤੀ ਹੈ ਕਿਸ ਦਲਿਤ ਇਨਸਾਫ ਯਾਤਰਾ ਦੀ ਗਾਰੰਟੀ ਕਰਦੇ ਹੋ ਤੁਸੀਂ ਤੁਸੀਂ ਦੇਸ਼ ਦੇ ਅੰਦਰ ਕਹਿੰਦੇ ਸੀ ਤੁਸੀਂ 2016 ਦੀ ਸਪੀਚ ਦੇ ਵਿੱਚ ਕਿਹਾ ਸੀ ਕਿ ਦੇਸ਼ ਦੇ ਅੰਦਰ ਹੁਣ ਦਲਿਤਾਂ ਦੇ ਉੱਤੇ ਅਨੁਸੂਚਿਤ ਜਾਤੀਆਂ ਦੇ ਉੱਤੇ ਗਰੀਬਾਂ ਦੇ ਉੱਤੇ ਕੋਈ ਅਤਿਆਚਾਰ ਨਹੀਂ ਹੋਏਗਾ ਲੇਕਿਨ ਨੈਸ਼ਨਲ ਕ੍ਰਾਈਮ ਰਿਪੋਰਟ ਬਿਊਰੋ ਦੀ ਰਿਪੋਰਟ ਹੈ ਤੁਹਾਡਾ ਆਪਣਾ ਅਦਾਰਾ ਭਾਰਤ ਸਰਕਾਰ ਦਾ 45000 286 ਕੇਸ ਕੋਰਟ ਹੋਏ ਨੇ 2016 ਦੇ ਵਿੱਚ ਹੀ ਤੁਹਾਡੇ ਬਿਆਨ ਤੋਂ ਬਾਅਦ ਕਿਸ Dalit ਇਨਸਾਫiyatਾ ਦੀ ਗੱਲ ਕਰਦੇ ਹੋ ਦੇਸ਼ ਦੇ ਅੰਦਰ 200 ਪੁਆਇੰਟ ਰੋਸਟਰ ਸਿਸਟਮ ਲਾਗੂ ਸੀ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਸੀ ਉਹ ਇਕੱਠੀਆਂ ਜਿਹੜੀਆਂ ਭਰੀਆਂ ਜਾਂਦੀਆਂ ਸੀ ਤਾਂ ਕਿ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਉਹਨਾਂ ਦੀ ਪ੍ਰਤਨਿਧਤਾ ਮਿਲ ਸਕੇ ਉਹਨਾਂ ਦੀ ਵੀ ਵਿੱਚ ਪਾਰਟਿਸਪੇਸ਼ਨ ਹੋ ਸਕੇ ਤੁਸੀਂ 200 ਪੁਆਇੰਟ ਰੋਸਟਰ ਰਜਿਸਟਰ ਨੂੰ ਖਤਮ ਕਰਕੇ 13 ਪੁਆਇੰਟ ਰੋਸਟਰ ਸਿਸਟਮ ਲਾਗੂ ਕਰਨ ਦੀ ਗੱਲ ਕੀਤੀ ਕਿ ਕਿ ਇੱਕ ਦੋ ਦੋ ਵੈਕੈਂਸੀ ਐ ਕੱਢੋ ਔਰ ਇਹਨਾਂ ਨੂੰ ਜਿਹੜਾ ਹੈਗਾ ਅਨੁਸੂਚਿਤ ਜਾਤੀਆਂ ਨੂੰ ਇਹਨਾਂ ਭਰਤੀਆਂ ਤੋਂ ਇਹ ਪ੍ਰੋਫੈਸਰ ਨਾ ਲੱਗ ਪਾਣੇ ਟੀਚਰ ਨਾ ਲੱਗ ਪਾਣੇ ਇਸ ਭਰਤੀ ਪ੍ਰਕਿਰਿਆ ਤੋਂ ਦੂਰ ਰੱਖੋ ਤੁਸੀਂ ਦੇਸ਼ ਦੇ ਅੰਦਰ ਉਹਨੇ ਦੇ ਵਿੱਚ ਦਲਤਾਂ ਨੂੰ ਨੰਗਿਆਂ ਕਰਕੇ ਕੁੱਟਿਆ ਤੁਹਾਡੇ ਤੁਹਾਡੇ ਬੰਦਿਆਂ ਨੇ ਜਿਨ੍ਹਾਂ ਦੀ ਸਰਪ੍ਰਸਤੀ ਤੁਹਾਡੀ ਹੈ ਜਿਨ੍ਹਾਂ ਜਿਹੜੇ ਤੁਹਾਡੀ ਸਰਪ੍ਰਸਤੀ ਹਾਸਲ ਨੇ ਹైదరాబాద్ ਵਿੱਚ ਰੋਹਿਤ ਬੇਮੁਲਾ ਨੂੰ ਮਰਨ ਦੇ ਲਈ ਉਕਸਾਇਆ ਗਿਆ ਉਹਨੂੰ ਆਫਟਰ ਆਲ ਆਤਮ ਹੱਤਿਆ ਕਰਨੀ ਪਈ ਅਸੀਂ ਉਹਨੂੰ ਸ਼ਹੀਦ ਮੰਨਦੇ ਹਾਂ ਕਿਉਂਕਿ ਉਹਨੇ ਆਪਣੀ ਆਵਾਜ਼ ਰੱਖੀ ਸੀ ਉਹਨੇ ਆਪਣੀ ਆਪਣੇ ਉੱਪਰ ਹੁੰਦੇ ਜ਼ੁਲਮਾਂ ਦੇ ਲਈ ਯੂਨੀਵਰਸਿਟੀ ਦੇ ਅੰਦਰ ਆਵਾਜ਼ ਬੁਲੰਦ ਕੀਤੀ ਸੀ ਸਹਾਰਨਪੁਰ ਦੇ ਵਿੱਚ ਤੁਸੀਂ ਦਲਿਤਾਂ ਦੇ ਘਰਾਂ ਨੂੰ ਫੁਕਿਆ ਕਿੰਨੀ ਵੱਡੀ ਹੰਸੇ ਹਿੰਸਾ ਕੀਤੀ ਭੀਮਾ ਕੋਰੇ گاਉਂ ਦੇ ਵਿੱਚ ਤੁਸੀਂ ਸਾਡੇ ਦਲਤਾਂ ਦੀ ਕੁੱਟਮਾਰ ਕੀਤੀ ਸਾਨੂੰ ਮਾਰਿਆ ਦਰੜਿਆ ਮਧੋਲਿਆ ਕਿਸ ਦਲਿਤ ਇਨਸਾਫ ਯਾਤਰਾ ਦੀ ਇੱਥੇ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ ਇਹ ਮਖੌਟਾ ਤੁਹਾਡਾ ਹੁਣ ਲੋਕਾਂ ਨੇ ਲਾ ਦੇਣਾ ਹੈ ਔਰ ਤਾਜ਼ਾ-ਤਾਜ਼ਾ ਘਟਨਾ ਜਿਹੜੀ ਹੱਥ ਰਸ ਦੇ ਵਿੱਚ ਤੁਹਾਡੇ ਠਾਕੁਰਾਂ ਨੇ ਕੀਤੀ ਹੈ ਤੁਹਾਡੀ ਸਰਪ੍ਰਸਤੀ ਹਾਸਲ ਜਿਨ੍ਹਾਂ ਨੂੰ ਤੁਸੀਂ ਉੱਪਰ ਸ਼ਾਬਾਸ਼ੀ ਦਿੰਨੇ ਹੋ ਤਾਂ ਹੀ ਜ਼ੁਲਮੀ ਬੰਦਾ ਜ਼ੁਲਮ ਕਰਦਾ ਜਦੋਂ ਸਰਕਾਰ ਸਰਕਾਰ ਦਾ ਹੱਥ ਉਹਦੇ ਤੇ ਹੋਵੇ ਕਿ ਸਾਡਾ ਕਿਹੜਾ ਕਿਸ ਨੇ ਕੁਝ ਕਰ ਲੈਣਾ ਉਹ ਖਾਸ ਕਰਕੇ ਇਹ ਲੋਕ ਜਿਹੜੇ ਹਮੇਸ਼ਾ ਤੋਂ ਦੱਬੇ ਜਾਂਦੇ ਰਹੇ ਨੇ ਹਮੇਸ਼ਾ ਤੋਂ ਮਾਰੇ ਜਾਂਦੇ ਰਹੇ ਨੇ ਹਮੇਸ਼ਾ ਤੋਂ ਵਿਤਕਲੇ ਦਾ ਸ਼ਿਕਾਰ ਰਹੇ ਨੇ ਹੱਥ ਰਸ ਦੇ ਵਿੱਚ ਸਾਡੀ ਬੱਚੀ ਨਾਲ ਕੀ ਕੁਝ ਨਹੀਂ ਤੁਸੀਂ ਕੀਤਾ ਤੁਹਾਡੇ ਬੰਦਿਆਂ ਨੇ ਉਹਦੀ ਕੰਢੀ ਤੋੜਤੀ ਗਰਦਨ ਦੀ ਉਦੀ ਜੀਭ ਵੱਢਤੀ ਕਿਉਂ ਜ਼ੁਬਾਨ ਨਾ ਖੋਲ ਸਕੇ ਉਹਦੇ ਨਾਲ ਗੈਂਗਰੇਪ ਕੀਤਾ ਗਿਆ ਕਿੰਦੀ ਦਰਦਨਾਕ ਮੌਤ ਉਹਨੂੰ ਮਾਰਿਆ ਗਿਆ ਔਰ ਜਿਹੜਾ ਆਫਟਰ ਆਲ ਉਹਨੂੰ ਸੰਸਕਾਰ ਕਰਨ ਦਾ ਉਹਦਾ ਅਧਿਕਾਰ ਸੀ ਉਹਦੇ ਮਾਪੇ ਬਤ ਉਹ ਵੀ ਖੋਲਿਆ ਔਰ ਤੁਸੀਂ ਰਾਤ ਦੇ 2:00 2:30 ਪੈਟਰੋਲ ਛਿੜਕ ਕੇ ਸਾਡੀ ਬੱਚੀ ਨੂੰ ਅੱਗ ਲਾਈ ਸੰਸਕਾਰ ਨਹੀਂ ਕੀਤਾ ਤੁਸੀਂ ਫੁੱਕਿਆ ਉਹਨੂੰ ਤੁਸੀਂ ਦੇਸ਼ ਦੇ ਸੰਵਿਧਾਨ ਨੂੰ ਫੁੱਕਿਆ ਤੁਸੀਂ ਉਸ ਕਾਨੂੰਨ ਨੂੰ ਫੁੱਕਿਆ ਔਰ ਪੰਜਾਬ ਦੇ ਵਿੱਚ ਤੁਸੀਂ ਦਲਿਤ ਇਨਸਾਫ ਯਾਤਰਾ ਦੀ ਗੱਲ ਕਰਦੇ ਹੋ ਇਹ ਡੋਗਲਾ ਚਿਹਰਾ ਭਾਜਪਾ ਦਾ ਅਸੀਂ ਚੱਲਣ ਨਹੀਂ ਦਵਾਂਗੇ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਜਾਗ ਦੀ ਜ਼ਮੀਰ ਦੇ ਲੋਕਾਂ ਨੂੰ ਆਪਣੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿ ਅੱਜ ਕਿਸਾਨ ਅੰਦੋਲਨ ਚੱਲ ਰਿਹਾ ਹੈ ਹਰ ਕਿਸੇ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ ਹਰ ਕਿਸੇ ਨੂੰ ਹੱਕ ਹੈ ਆਪਣੇ ਹੱਕਾਂ ਲਈ ਲੜਨ ਦਾ ਕਿਸਾਨ ਲੜ ਰਿਹਾ ਸੜਕਾਂ ਤੇ ਸਾਨੂੰ ਵੀ ਸੜਕਾਂ ਤੇ ਆਉਣਾ ਪੈਣਾ ਲekin ਇਸ ਮੂਵਮੈਂਟ ਦੇ ਵਿੱਚ ਪੰਜਾਬ ਦਾ ਮਾਹੌਲ ਖਤਮ ਕਰਨ ਲਈ ਖਰਾਬ ਕਰਨ ਲਈ ਕਤਲੋਗਾਰਤ ਕਰਨ ਲਈ ਇੱਕ ਬਹੁਤ ਵੱਡੀ ਸਾਜ਼ਿਸ਼ ਗੁਣੀ ਜਾ ਰਹੀ ਹੈ ਚੌਕਸ ਰਹੋ ਚਕੰਨੇ ਰਹੋ ਕਿਤੇ ਤੁਹਾਨੂੰ ਲੋਕ ਵਰਤ ਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਨਾ ਲਾ ਦੇਣ ਔਰ ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਔਰ ਇਹਨਾਂ ਏਜੰਸੀਆਂ ਨੂੰ ਖਬਰਦਾਰ ਕਰਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਤੁਸੀਂ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦਾ ਨਾਮ ਲੈ ਕੇ ਵਰਤ ਕੇ ਅੱਜ ਦੋ ਭਾਈਚਾਰਿਆਂ ਦੇ ਵਿੱਚ ਜਿਹੜੀ ਨਫ਼ਰਤ ਫਲਾਉਣ ਦਾ ਬੀਜ ਬੋਜ ਰਹੇ ਹੋ ਇਹਨੂੰ ਨਾ ਕਰੋ ਇਦਾਂ ਅਸੀਂ ਹੁਣ ਚੱਲਾਂਗੇ ਨਹੀਂ ਸਾਡਾ ਸਾਰਾ ਪੰਜਾਬ ਦਾ ਦਲਿਤ ਭਾਈਚਾਰਾ ਇਕੱਠਾ ਹੋ ਕੇ ਤੁਹਾਡੇ ਜਿਹੜੇ ਮਨਸੂਬੇ ਨੇ ਉਹਨਾਂ ਤੋਂ ਭਲੀ-ਪਾਂਤ ਜਾਣਦਾ ਹੈ ਪਰ ਮੈਂ ਫਿਰ ਆਪਣੇ ਸਾਥੀਆਂ ਨੂੰ ਆਪਣੇ ਲੋਕਾਂ ਨੂੰ ਆਪਣੇ ਦਲਿਤ ਸਮਾਜ ਨੂੰ ਆਪਣੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪੰਜਾਬ ਅੰਦਰ ਅਪੀਲ ਕਰਨਾ ਚਾਹੁੰਦਾ ਕਿ ਸਰਕਾਰਾਂ ਦੇ ਹੁਕਮਰਾਨਾਂ ਦੇ ਐਸੇ ਹੱਤਕੰਡਿਆਂ ਤੋਂ ਬਚਣਾ ਜਿਹੜੇ ਇੱਕ ਦੂਜੇ ਨੂੰ ਇੱਕ ਦੂਜੇ ਨਾਲ ਲੜਾਉਂਦੇ ਨੇ ਇੱਕ ਦੂਜੇ ਦਾ ਕਤਲ ਕਰਵਾਉਂਦੇ ਨੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਰਨ ਲਈ ਚਾਲਾਂ ਚੱਲਦੇ ਨੇ ਸੋ ਤੁਹਾਡੀ ਦਲਿਤ ਇਨਸਾਫ ਯਾਤਰਾ ਦੀ ਸਾਨੂੰ ਲੋੜ ਨਹੀਂ ਅਸੀਂ ਆਪਣੇ ਹੱਕਾਂ ਲਈ ਆਪਣੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਔਰ ਮੈਂ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਅੱਜ ਕਿਸਾਨ ਆਪਣੇ ਹੱਕ ਲੈਣ ਲਈ ਸੜਕਾਂ ਤੇ ਉਤਰਿਆ ਹੋਇਆ ਤਾਂ ਤੁਹਾਡੇ ਹੱਕ ਕਿਵੇਂ ਮਧੋਲੇ ਜਾ ਰਹੇ ਨੇ ਸਰਕਾਰਾਂ ਵੱਲੋਂ ਤੁਸੀਂ ਵੀ ਆਪਣੇ ਹੱਕ ਲੈਣ ਲਈ ਸੜਕਾਂ ਤੇ ਆਓ ਕਿਉਂਕਿ ਸੜਕਾਂ ਹੀ ਕਾਨੂੰਨ ਬਣਾਉਂਦੀਆਂ ਨੇ ਔਰ ਸਰ ਕਈ ਤੁਹਾਡੇ ਹੱਕ ਜਿਹੜੇ ਦਵਾ ਸਕਦੀਆਂ ਨੇ ਸੋ ਮੈਂ ਬੇਨਤੀ ਕਰਨਾ ਚਾਹਾਂਗਾ ਇੱਕ ਵਾਰ ਫੇਰ ਕਿ ਚੌਕਸ ਰਹੋ ਚੁੱਕਨੇ ਰਹੋ ਇਹਨਾਂ ਸਰਕਾਰਾਂ ਦੀ ਜਿਹੜੇ ਕੇਂਦਰ ਸਰਕਾਰ ਖਾਸ ਕਰਕੇ ਇਹਨਾਂ ਸਰਕਾਰਾਂ ਦੀਆਂ ਚਾਲਾਂ ਚਾਕੇ ਕਿਤੇ ਆਪਸ ਵਿੱਚ ਵੈਰ ਵਿਰੋਧ ਨਾ ਪਾ ਲਵੋ ਸੋ ਤੁਸੀਂ ਇਹਨਾਂ ਦੀਆਂ ਜਿਹੜੀਆਂ ਸਾਜਸਾਂ ਨੇ ਇਹਨਾਂ ਤੋਂ ਜਾਗਰੂਕ ਹੋਣਾ ਕਿ ਇਹਨਾਂ ਨੇ ਤਾਂ ਜ਼ੁਲਮ ਕੀਤਾ ਹੈ ਭਾਜਪਾ ਸਰਕਾਰ ਨੇ ਸਭ ਤੋਂ ਵੱਧ ਜ਼ੁਲਮ ਸਾਡੇ ਤੇ ਕੀਤਾ ਹੈ ਦੇਸ਼ ਦੇ ਅੰਦਰ ਔਰ ਅਜੇ ਦੇਲਿਤ ਇਨਸਾਫ ਯਾਤਰਾ ਦੀ ਗੱਲ ਕਰ ਰਹੇ ਨੇ ਸੋ ਸਮਝੋ ਚੌਕਸ ਰਹੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ